ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ, ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟਾਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਗੱਲ ਕਰਦੇ ਹਾਂ ਜੀ। ਉਹਨਾਂ ਦੇ ਵੱਲੋਂ ਕੱਲ ਜਿਹੜਾ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ। ਹਾਂ ਬਿਲਕੁਲ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਛ ਦਿਨ ਪਹਿਲਾਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ 23 ਤਰੀਕ ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਦੇ ਉੱਤੇ ਮੈਂ ਆਪਣਾ ਇੱਕ ਵਟਸਐਪ ਨੰਬਰ ਜਾਰੀ ਕਰੂੰਗਾ ਪਰਸਨਲ, ਜਿਹਦੇ ਉੱਤੇ ਰਿਸ਼ਵਤ ਖੋਰ ਮੁਲਾਜ਼ਮਾਂ ਦੀਆਂ ਵੀਡੀਓ ਭੇਜੀਆਂ ਜਾ ਸਕਦੀਆਂ, ਆਡੀਓ ਕਲਿਪਸ ਭੇਜੀਆਂ ਜਾ ਸਕਦੀਆਂ। ਪਰ ਹਾਂ, ਇਹ ਜ਼ਰੂਰ ਆ ਵੀ ਉਹ ਕੋਈ ਤਰਕ ਵਾਲੀ ਗੱਲ ਹੋਵੇ, ਕਿਹੜਾ ਕੱਢਣ ਵਾਲੀ ਨਹੀਂ ਤੇ ਭਾਈ ਤੁਸੀਂ ਐਵੇਂ ਕਹਿ ਦੇ ਵੀ ਇਹਨੇ ਰਿਸ਼ਵਤ ਲਈ ਹੈ, ਉਹ ਕੋਈ ਵੀਡੀਓ ਦੇ ਰੂਪ ਦੇ ਵਿੱਚ ਹੋਵੇ, ਕੋਈ ਆਡੀਓ ਕਲਿੱਪ ਦੇ ਰੂਪ ਦੇ ਵਿੱਚ ਹੋਵੇ, ਬਾਅਦ ਦੇ ਵਿੱਚ ਅਸੀਂ ਉਹਦੀ ਪੜਤਾਲ ਕਰਾਵਾਂਗੇ। ਜੇਕਰ ਸੰਬੰਧਿਤ ਅਧਿਕਾਰੀ ਕਰਮਚਾਰੀ ਦੋਸ਼ੀ ਪਾਇਆ ਜਾਂਦਾ ਤਾਂ ਫਿਰ ਉਹਦੇ ਉੱਤੇ ਬਣਦੀ ਕਾਰਵਾਈ ਹੋਊਗੀ। ਸੋ ਹੁਣ ਕੱਲ ਕਿਉਂਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਸੀ, ਹੁਸੈਨੀਵਾਲਾ ਦੇ ਵਿੱਚ ਕੱਲ ਮੁੱਖ ਮੰਤਰੀ ਸਾਹਿਬ ਪਹੁੰਚੇ, ਉਹਨਾਂ ਨੇ ਉੱਥੇ ਸ਼ਰਧਾ ਦੇ ਫੁੱਲ ਭੇਟ ਕੀਤੇ ਸ਼ਹੀਦਾਂ ਨੂੰ ਤੇ ਫਿਰ ਉਹਨਾਂ ਦੇ ਵੱਲੋਂ ਉਹ ਨੰਬਰ ਜਾਰੀ ਕਰ ਦਿੱਤਾ ਗਿਆ। ਇਹ ਨੰਬਰ ਹੈਗਾ ਜੀ 9501200200, 9501200200। ਸੋ ਇਸ ਨੰਬਰ ਦੇ ਉੱਤੇ ਜਿਹੜੇ ਪੰਜਾਬ ਦੇ ਲੋਕ ਆ ਉਹ ਰਿਸ਼ਵਤ ਲੈਂਦੇ ਦੀ ਕੋਈ ਵੀ ਵੀਡੀਓ ਆ ਜਿਹੜੀ ਉਹ ਭੇਜ ਸਕਦੇ ਆ, ਕੋਈ ਵੀ ਆਡੀਓ ਕਲਿੱਪ ਭੇਜ ਸਕਦੇ ਆ ਤੇ, ਪਰ ਇਹ ਆ ਜੀ ਕਿ ਇਹਦੇ ਉੱਤੇ ਕੋਈ ਹੇਰਾ ਫੇਰੀ, ਕੋਈ ਕਹਿ ਦਈਏ ਵੀ ਦੁਸ਼ਮਣੀ ਵਾਲੀ ਗੱਲ, ਕੋਈ ਈਰਖਾ, ਕੋਈ ਸਾੜੇ ਵਾਲੀ ਗੱਲ, ਕੋਈ ਕਿਹੜੇ ਕੱਢਣ ਵਾਲੀ ਗੱਲ ਨਾ ਹੋਵੇ। ਉਸ ਤੋਂ ਅਗਲੀ ਗੱਲ ਇਹ ਆ ਵੀ ਕੱਲ੍ਹ 35 ਸੱਟੇ ਇਸ ਨੰਬਰ ਦੇ ਉੱਤੇ ਕਈ ਸ਼ਿਕਾਇਤਾਂ ਵੀ ਜਾਣ ਲੱਗ ਪਈਆਂ। ਆ ਬਠਿੰਡੇ ਦੇ ਇੱਕ ਖੇਤਰ ਤੋਂ ਨਾਇਬ ਤਹਿਸੀਲਦਾਰ ਦੀ ਜਿਹੜੀ ਆ ਉਹ ਚਲੀ ਗਈ ਆ ਸ਼ਿਕਾਇਤ, ਫਿਰ ਇੱਕ ਹੋਰ ਬੰਦੇ ਨੇ ਭੇਜੀ ਆ ਕ੍ਰਿਸ਼ਨ ਕੁਮਾਰ ਜਿਹੜੇ ਕਿ ਸਾਬਕਾ ਸਿੱਖਿਆ ਸਕੱਤਰ ਆ ਉਹਨਾਂ ਦੇ ਬਾਰੇ ਤੇ ਉਹਨਾਂ ਦੇ ਮਹਿਕਮੇ ਦੇ ਬਾਰੇ ਵੀ, ਭਾਈ ਇਹਨਾਂ ਨੇ ਕਿਵੇਂ ਕੰਮ ਕੀਤੇ ਆ। ਸੋ ਇਸ ਤਰੀਕੇ ਦੀਆਂ ਸ਼ਿਕਾਇਤਾਂ ਜਾਣੀਆਂ ਸ਼ੁਰੂ ਹੋਈਆਂ। ਸਮਾਂ ਦੱਸੂਗਾ ਵੀ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ, ਪਰ ਫਿਲਹਾਲ ਜੋ ਤਜਰਬਾ ਦਿੱਲੀ ਦੇ ਵਿੱਚ ਪਹਿਲੇ ਵਾਰ ਜਿਹੜੀ ਨੰਜਾਰਨ ਦੀ ਸਰਕਾਰ ਸੀ ਉਹਦੇ ਸਰਕਾਰ ਦੇ ਤਰਜ਼ ਦੇ ਉੱਤੇ ਇਹ ਉਪਰਾਲਾ ਪੰਜਾਬ ਦੇ ਵਿੱਚ ਕੀਤਾ ਗਿਆ, ਇਹ ਕਿੰਨਾ ਕੁ ਸਾਰਥਕ ਸਹੀ ਬੈਠਦਾ ਇਹ ਸਮਾਂ ਬਿਆਨ ਕਰੂਗਾ। ਪਰ ਫਿਲਹਾਲ ਇਹ ਪ੍ਰਤੀਤ ਹੁੰਦਾ ਵੀ ਇਹਦੇ ਨਾਲ ਇੱਕ ਡਰ ਪਊਗਾ ਮੁਲਾਜ਼ਮਾਂ ਦੇ ਵਿੱਚ, ਸਾਰੇ ਮੁਲਾਜ਼ਮ ਰਿਸ਼ਵਤਖੋਰ ਨਹੀਂ ਆ ਪਰ ਜਿੰਨੇ ਵੀ ਹੈਗੇ ਆ ਉਹਨਾਂ ਦੇ ਮਨ ਦੇ ਵਿੱਚ ਡਰ ਪਸਰੂਗਾ ਕਿ ਭਾਈ ਅਸੀਂ ਪੈਸੇ ਨਹੀਂ ਲੈਣੇ, ਕੀ ਪਤਾ ਸਾਡੀ ਕੋਈ ਵੀਡੀਓ ਹੀ ਨਾ ਬਣਾ ਰਿਹਾ ਹੋਵੇ ਜੀ। ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਬਾਕੀ ਸਮਾਂ ਦੱਸੇਗਾ ਕਿ ਆਖਿਰਕਾਰ ਇਸ ਨੰਬਰ ਦੀ ਵਰਤੋਂ ਕਿਵੇਂ ਹੁੰਦੀ ਹੈ ਤੇ ਕੀ ਵਾਕਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ। ਉਧਰ ਦੂਸਰੇ ਬੰਨੇ ਭਗਵੰਤ ਮਾਨ ਹੋਰਾਂ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅਸੀਂ ਸ਼ਹੀਦ ਦਾ ਦਰਜਾ ਦਵਾਵਾਂਗੇ। ਦੇਖੋ, ਜੇ ਤਾਂ ਮਿਲ ਜਾਵੇ ਤਾਂ ਬਹੁਤ ਚੰਗੀ ਗੱਲ ਆ, ਪਰ ਜੇ ਨਾ ਵੀ ਮਿਲੇ ਤਾਂ ਮੇਰੇ ਆਪਦੇ ਨਿੱਜੀ ਵਿਚਾਰ ਇਹ ਆ ਵੀ ਅਸੀਂ ਕੋਈ ਰਖਣ ਜਾਂ ਜਿਹੜੇ ਸਾਡੇ ਸ਼ਹੀਦ ਆ ਉਹ ਕੋਈ ਇਸ ਗੱਲ ਤੇ ਕੋਈ ਮੁਥਾਜ ਨਹੀਂ ਹੈਗੇ ਵੀ ਭਾਈ ਸਾਨੂੰ ਦਰਜਾ ਮਿਲੇ, ਕਿਉਂਕਿ ਉਹ ਇੰਨੇ ਕੁ ਮਹਾਨ ਆ ਵੀ ਉਹਨਾਂ ਦੀ ਦੇਣ ਨੂੰ ਚਿਤਵਦੇ ਹਾਂ ਜਦੋਂ ਆਪਾਂ, ਤੇ ਬਹੁਤ ਸਾਰੀਆਂ ਗੱਲਾਂ ਅੱਖਾਂ ਦੇ ਮੂਹਰੇ ਆਖ ਲਾਉਂਦੀਆਂ। ਸੋ ਇਹ ਗੱਲ ਜੀ ਕਿ ਕੇਂਦਰ ਦੀਆਂ ਸਰਕਾਰਾਂ ਦੇ ਵੱਲੋਂ ਕਦੇ ਦਰਜਾ ਦਿੱਤਾ ਤਾਂ ਨਹੀਂ ਗਿਆ, ਪਰ ਜੇ ਨਹੀਂ ਵੀ ਦਿੰਦੇ ਮੈਂ ਸੋਚਦਾ ਵੀ ਤਾਂ ਵੀ ਅਸੀਂ ਮੁਥਾਜ ਨਹੀਂ ਹੈਗੇ, ਕਿਉਂਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਬਾਕੀ ਸ਼ਹੀਦਾਂ ਦਾ ਨਾਂ ਜਿਹੜਾ ਉਹ ਸਾਡੇ ਦਿਲ ਦੇ ਉੱਤੇ ਉਤਰਿਆ ਹੋਇਆ। ਲੋਕ ਆ ਜਿਹੜੇ ਸਮਝਦੇ ਆ ਵੀ ਭਾਈ ਸਰਕਾਰਾਂ ਨੇ ਤਾਂ ਕਈ ਗਿਣਤੀਆਂ ਮਿਣਤੀਆਂ ਗੁਣਾ ਘਟਾਉ ਕਰਨੀਆਂ ਹੁੰਦੀਆਂ, ਪਰ ਸਾਡੇ ਮਨ ਦੇ ਵਿੱਚ ਸਤਿਕਾਰ ਸੀ, ਹੈ ਤੇ ਰਹੂਗਾ। ਸੋ ਕੱਲ ਭਗਵੰਤ ਮਾਨ ਨੇ ਗੱਲ ਕਹੀ ਹੈ ਕਿ ਅਸੀਂ ਬਹੁਤ ਜਲਦ ਹੁਣ ਉਪਰਾਲਾ ਕਰਾਂਗੇ ਕਿ ਛੇਤੀ ਛੇਤੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਤਿੰਨਾਂ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦੇਵੇ। ਪਰ ਹਾਂ, ਇੱਕ ਗੱਲ ਹੋਰ ਆ, ਕੱਲ ਕੇਜਰੀਵਾਲ ਹੋਰਾਂ ਨੇ ਇੱਕ ਮਾਫ਼ੀ ਵੀ ਮੰਗੀ ਹੈ, ਕਿਉਂਕਿ ਜਿਹੜੇ ਦਿੱਲੀ ਦੇ ਵਿੱਚ ਅਖ਼ਬਾਰਾਂ ਦੇ ਵਿੱਚ ਸ਼ਹੀਦੀ ਦਿਹਾੜੇ ਦੇ ਮੌਕੇ ਇਸ਼ਤਿਹਾਰ ਦਿੱਤੇ ਆ ਉਹਦੇ ਵਿੱਚ ਇਕੱਲੇ ਸ਼ਹੀਦ ਭਗਤ ਸਿੰਘ ਦੀ ਫੋਟੋ ਆ, ਜਦਕਿ ਸ਼ਹੀਦ ਤਾਂ 3 ਜਣੇ ਹੋਏ ਸੀ, ਰਾਜਗੁਰੂ ਤੇ ਸੁਖਦੇਵ ਵੀ ਨਾਲ ਸੀ। ਸੋ ਇਸ ਕਰਕੇ ਉੱਥੇ ਵਿਰੋਧੀ ਧਿਰ ਨੇ ਮੁੱਦਾ ਚੁੱਕਿਆ, ਉਹਨਾਂ ਨੇ ਕਿਹਾ ਜੀ ਕਿ ਇਹ ਹੁਣ ਸ਼ਹੀਦਾਂ ਨੂੰ ਵੀ ਮੰਨਣ ਲੱਗ ਪਏ ਆ, ਸਿਰਫ ਭਗਤ ਸਿੰਘ ਦੀ ਗੱਲ ਕਰਦੇ ਆ, ਨਾਲ ਦੇ ਸਾਥੀਆਂ ਦੀ ਗੱਲ ਕਿਉਂ ਨਹੀਂ ਕਰਦੇ। ਤੇ ਕੇਜਰੀਵਾਲ ਨੇ ਮਾਫ਼ੀ ਮੰਗੀ ਆ, ਉਹਨਾਂ ਨੇ ਕਿਹਾ ਜੀ ਕਿ ਧੰਨਵਾਦੀ ਆ ਮੇਰੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ, ਅੱਗੇ ਤੋਂ ਅਸੀਂ ਇਹੋ ਜਿਹੀ ਉਕਾਈ ਬਿਲਕੁਲ ਨਹੀਂ ਕਰਾਂਗੇ। ਜੀ, ਗਲਤੀ ਮੰਨ ਲੈਣਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜੀ। ਖੈਰ, ਉਧਰ ਦੂਸਰੇ ਬੰਨੇ ਕਹਿੰਦੇ ਆ ਮੁੱਖ ਮੰਤਰੀ ਸਕੱਤਰੇਤ ਦੇ ਵਿੱਚ ਸਟੂਡੀਓ ਚਾਲੂ ਹੋ ਗਿਆ ਤੇ ਮੁੱਖ ਮੰਤਰੀ ਦੀ ਹੁਣ ਮੀਡੀਆ ਨਾਲ ਦੂਰੀ ਬਣੇਗੀ। ਦੇਖੋ, ਪਿਛਲੇ ਨਾ 3-4 ਦਿਨਾਂ ਤੋਂ ਮੈਂ ਦੇਖ ਰਿਹਾ ਭਗਵੰਤ ਮਾਨ ਹੋਰੀ ਜਿਵੇਂ ਪਹਿਲਾਂ ਵਿਚਰਦੇ ਰਹੇ ਆ ਉਹ ਵਿਚਰਨ ਦਾ ਸਟਾਈਲ ਕਾਫੀ ਬਦਲਿਆ ਹੋਇਆ ਮੈਨੂੰ ਲੱਗਦਾ, ਇਹ ਮੈਨੂੰ ਲੱਗ ਰਿਹਾ, ਹੋ ਸਕਦਾ ਵੀ ਮੇਰਾ ਹਾਲ ਦੀ ਘੜੀ ਭੁਲੇਖਾ ਵੀ ਹੋਵੇ, ਕਿਉਂਕਿ ਜਿਵੇਂ ਉਹ ਪਹਿਲਾਂ ਲੋਕਾਂ ਨੂੰ ਮਿਲਦੇ ਸੀ, ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਾਂਦੇ ਸੀ, ਜਿਵੇਂ ਲੋਕਾਂ ਦੇ ਉੱਤੇ ਪ੍ਰਭਾਵ ਛੱਡਦੇ ਸੀ, ਉਸ ਤਰੀਕੇ ਦੇ ਵਾਲੀ ਗੱਲ ਘਟੀ ਵੀ ਆ।
ਹੁਣ ਜਿਵੇਂ ਆਮ ਆਦਮੀ ਪਾਰਟੀ ਤਾਂ ਇਹ ਗੱਲ ਕਹਿ ਕੇ ਆਈ ਕਿ ਅਸੀਂ ਆਮ ਲੋਕਾਂ ਦੇ ਵਿੱਚੋਂ ਹਾਂ, ਪਰ ਕੱਲ੍ਹ ਜਦੋਂ ਭਗਵੰਤ ਮਾਨ ਹੁਸੈਨੀ ਵਾਲਾ ਮੱਥਾ ਟੇਕਣ ਗਏ ਆ ਤੇ ਉੱਥੇ ਉਹਨਾਂ ਹੀ ਲਾਮ ਲਸ਼ਕਰ ਸੀਗਾ ਜਿੰਨਾ ਕਿ ਪਿਛਲੇ ਮੰਤਰੀਆਂ ਦੇ ਕੋਲੇ ਹੁੰਦਾ ਸੀ। ਸੋ ਇਹ ਉਹ ਗੱਲਾਂ ਮੀਡੀਏ ਨੂੰ ਉੱਥੇ ਨੇੜੇ ਨਹੀਂ ਆਉਣ ਦਿੱਤਾ। ਪੁਲਿਸ ਕਰਮਚਾਰੀਆਂ ਦੀ ਸਿਕਿਉਰਿਟੀ ਬਹੁਤ ਟਾਈਟ ਹੁੰਦੀ ਆ, ਜਿਹੜੀ ਥਾਂ ਦੇ ਉੱਤੇ ਭਗਵੰਤ ਮਾਨ ਹੋਈ ਜਾਂਦੇ ਆ ਆਮ ਲੋਕਾਂ ਦੇ ਲਈ ਉਹ ਥਾਂ ਬੰਦ ਕਰ ਦਿੱਤੀ ਜਾਂਦੀ ਆ। ਆ ਜਲਿਆਂਵਾਲੇ ਬਾਗ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਗਏ ਸੀ ਤੇ ਉੱਥੇ ਵੀ ਆਪਾਂ ਜਾਣਦੇ ਹਾਂ ਕਿ ਬਿਲਕੁਲ ਆਮ ਲੋਕਾਂ ਦੇ ਲਈ ਵਿਜ਼ਿਟ ਕਰਨਾ ਬੰਦ ਕਰ ਦਿੱਤਾ ਗਿਆ। ਸੋ ਇਹ ਪ੍ਰਭਾਵ ਆ ਜਿਹੜੇ ਉਹ ਪਿਛਲੀਆਂ ਸਰਕਾਰਾਂ ਵਾਲੇ ਆ। ਪਰ ਅਗਲੀ ਗੱਲ ਇਹ ਹੈ ਜੀ ਕਿ ਭਗਵੰਤ ਮਾਨ ਹੋਰੀ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖ ਰਹੇ ਆ, ਉਹਦਾ ਕੀ ਕਾਰਨ ਹੋਣਗੇ ਪਤਾ ਨਹੀਂ। ਪਰ ਸਿਵਲ ਸੈਕਟਰੀਏਟ ਦੇ ਵਿੱਚ ਇੱਕ ਸਟੂਡੀਓ ਤਿਆਰ ਕਰ ਲਿਆ ਗਿਆ। ਇਹ ਸਟੂਡੀਓ ਜਿਹੜਾ ਉਹ ਮੁੱਖ ਮੰਤਰੀ ਦੇ ਬਹਿ ਕੇ ਜਾਂ ਖੜ ਕੇ ਆਪਣਾ ਐਲਾਨ, ਆਪਣਾ ਸੰਦੇਸ਼, ਆਪਣਾ ਭਾਸ਼ਣ ਜਾਰੀ ਕਰਨ ਦੇ ਲਈ ਹੈ। ਕੇਂਦਰ ਦੀ ਸਰਕਾਰ ਦੇ ਵੱਲੋਂ ਵੀ ਇਹੀ ਤਿਆਰ ਕੀਤਾ ਗਿਆ, ਉਹ ਪ੍ਰਧਾਨ ਮੰਤਰੀ ਮੋਦੀ ਦੇ ਵਾਸਤੇ ਹੈ। ਹੁਣ ਪ੍ਰਧਾਨ ਮੰਤਰੀ ਜਿਵੇਂ ਆਪਦੀ ਗੱਲ ਕਹਿ ਕੇ ਚਲੇ ਜਾਂਦੇ ਆ, ਸ਼ਾਇਦ ਭਗਵੰਤ ਮਾਨ ਹੋਰੀ ਵੀ ਮੀਡੀਆ ਦੇ ਮੱਥੇ ਨਹੀਂ ਲੱਗਿਆ ਕਰਨਗੇ। ਉਹਨਾਂ ਨੇ ਆਪਣੀ ਗੱਲ ਉੱਥੇ ਕਹਿ ਕੇ ਤਾਂ ਨਿਕਲ ਜਾ ਕਰਨਾ। ਪਤਾ ਲੱਗਾ ਜੀ ਕਿ ਇਸ ਸਟੂਡੀਓ ਦੇ ਵਿੱਚ ਉਹਨਾਂ ਨੇ 25,000 ਮੁਲਾਜ਼ਮ ਜਿਹੜੇ ਆ ਉਹ ਭਰਤੀ ਕਰਨ ਦੀ ਗੱਲ ਕਹੀ ਹੈ, ਇਸੇ ਸਟੂਡੀਓ ਦੇ ਵਿੱਚ 35,000 ਮੁਲਾਜ਼ਮ ਪੱਕੇ ਕਰਨ ਦੀ ਗੱਲ ਕਹੀ ਹੈ। ਸੋ ਇਸ ਤਰੀਕੇ ਦੀਆਂ ਗੱਲਾਂ ਹੈਗੀਆਂ। ਲੱਗਦਾ ਇਹ ਹੈ ਕਿ ਭਗਵੰਤ ਮਾਨ ਹੋਰੀ ਆਮ ਮੀਡੀਆ ਤੋਂ ਦੂਰੀ ਬਣਾ ਕੇ ਚੱਲਣਗੇ, ਸ਼ਾਇਦ ਇਸ ਕਰਕੇ ਵੀ ਹਾਈਕਮਾਨ ਨੇ ਕਿਹਾ ਹੋਵੇ ਵੀ ਭਾਈ ਕੋਈ ਵਿਵਾਦਗ੍ਰਸਤ ਗੱਲ ਨਾ ਹੋ ਜਾਏ, ਤੇ ਇਹਦੇ ਨਾਲ ਮੀਡੀਆ ਦੇ ਨਾਲ ਮੁੱਖ ਮੰਤਰੀ ਦੀ ਦੂਰੀ ਦੇ ਵਿੱਚ ਵਾਧਾ ਹੋਊਗਾ। ਅੱਜ ਕੁਝ ਅਖਬਾਰਾਂ ਨੇ ਵੀ ਇਹ ਨੁਕਤਾ ਚੁੱਕਿਆ ਵੀ ਇਹਦੇ ਨਾਲ ਤਾਂ ਦੂਰੀਆਂ ਵੱਢਣ ਦੀ ਸੰਭਾਵਨਾ ਹੈਗੀ ਆ, ਨੇੜਤਾ ਵਾਲੀ ਗੱਲ ਨਹੀਂ ਹੈ। ਜੀ ਬਿਲਕੁਲ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਖੈਰ ਉਧਰ ਦੂਸਰੇ ਪੰਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇੱਕ ਬਿਆਨ ਜਿਹੜਾ ਉਹ ਸਾਹਮਣੇ ਆਇਆ, ਉਹ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਸਮਾਜ ਦੀਆਂ ਜੜਾਂ 'ਚ ਵਸਿਆ ਹੋਇਆ, ਇਹਨੂੰ ਕੱਢ ਪਾਉਣਾ ਬਹੁਤ ਔਖਾ। ਦੇਖੋ, ਭ੍ਰਿਸ਼ਟਾਚਾਰ ਸਮਾਜ ਦੀਆਂ ਜੜਾਂ ਦੇ ਵਿੱਚ ਵਸਿਆ ਹੋਇਆ ਬਿਲਕੁਲ ਸੱਚ ਗੱਲ ਹੈ, ਪਰ ਭ੍ਰਿਸ਼ਟਾਚਾਰ ਨੂੰ ਜੇਕਰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਤਾਂ ਹੀ ਹੋਊਗਾ ਨਾ। ਜੇਕਰ ਆਪਾਂ ਇਹ ਗੱਲ ਕਹਿੰਦੇ ਵੀ ਜੜਾਂ 'ਚ ਵਸਿਆ ਹੋਇਆ ਤੇ ਤਾਂ ਐਂ ਰਹਿਣਾ ਤੇ ਫਿਰ ਚੱਲੀ ਜਾਣ ਤੋਂ ਜਿਵੇਂ ਚੱਲਦਾ ਉਹ ਤਾਂ ਚੱਲੀ ਜਾਂਦਾ, ਫਿਰ ਕੋਈ ਨਾ ਕੋਈ ਹੱਲਾ ਭੱਲਾ ਕਰਨਾ ਪੈਣਾ, ਕੋਈ ਨਾ ਕੋਈ ਹਮਲਾ ਮਾਰਨਾ ਪੈਣਾ ਇਸ ਮਾਮਲੇ 'ਤੇ। ਸੋ ਹੁਣ ਜਦੋਂ ਸਰਕਾਰ ਦੇ ਵੱਲੋਂ, ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਾਵਾਂਗੇ, ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਉਹ ਲੰਬੀ ਖੇਤਰ ਦੇ ਵਿੱਚ ਧੰਨਵਾਦੀ ਦੌਰੇ ਦੇ ਉੱਤੇ ਚੱਲ ਰਹੇ ਆ ਅੱਜ ਕੱਲ੍ਹ ਵੀ ਭਾਈ ਲੋਕਾਂ ਨੇ ਜਾਂ ਇਸ ਵੇਲੇ ਸਹਿਯੋਗ ਦਿੱਤਾ ਇਸ ਝੱਖੜ ਦੇ ਵਿੱਚ ਵੀ, ਆਮ ਆਦਮੀ ਪਾਰਟੀ ਦੇ ਝੱਖੜ 'ਚ, ਤੇ ਉਹਦੇ ਲਈ ਸ਼ੁਕਰੀਆ ਅਦਾ ਕਰਨ ਜਾ ਰਹੇ ਲੰਬੀ ਖੇਤਰ ਦੇ ਵਿੱਚ। ਕੱਲ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਗੱਲ ਕਹੀ ਆ ਕਿ ਅਕਾਲੀ ਦਲ ਦੀ ਹਾਰ ਤੋਂ ਬਾਅਦ ਹੌਸਲੇ ਨਹੀਂ ਪਸਤ ਹੋਣੇ ਚਾਹੀਦੇ, ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਜਿੰਨੀ ਦੇਰ ਤੱਕ ਮੈਂ ਹੈਗਾ ਤੁਹਾਡੇ ਤੋਂ ਵਾਹ ਵੱਲ ਨਹੀਂ ਵੇਖ ਸਕਦਾ, ਤੁਹਾਡਾ ਕੋਈ ਵਾਲ ਨਹੀਂ ਨਿਗਾ ਕਰ ਸਕਦਾ। ਫਿਰ ਇਹਨਾਂ ਨੇ ਇਹ ਗੱਲ ਕਹੀ ਆ ਵੀ ਭਗਵੰਤ ਮਾਨ ਕਿਹੜਾ ਮਹੀਨੇ 'ਚ ਭ੍ਰਿਸ਼ਟਾਚਾਰ ਮੁਕਾ ਦੇਵਾਂਗੇ, ਕੈਪਟਨ ਕਹਿੰਦਾ ਅਸੀਂ ਹਫ਼ਤੇ 'ਚ ਨਸ਼ਾ ਮੁਕਾ ਦੇਵਾਂਗੇ, 4 ਹਫ਼ਤਿਆਂ 'ਚ ਨਸ਼ਾ ਮੁਕਾ ਦੇਵਾਂਗੇ, ਕਦੇ ਕੁਛ ਕਹਿ ਦਿੰਦੇ ਆ ਕਦੇ ਕੁਛ ਕਹਿ ਦਿੰਦੇ ਆ। ਸੋ ਇਹਨਾਂ ਨੇ ਕਿਹੜੀ ਕਰਨੀ ਦੇ ਸੱਚੇ ਨਹੀਂ ਆ, ਜਿਹੜੇ ਤਾਂ ਦਿੱਲੀ ਕੋਲ ਚੱਲਦੀਆਂ ਪਾਰਟੀਆਂ ਉਹਨਾਂ ਨੇ ਕਦੇ ਪੰਜਾਬ ਦਾ ਭਲਾ ਨਹੀਂ ਕਰਨਾ। ਉਹਨਾਂ ਨੇ ਇਹ ਗੱਲ ਕਹੀ ਆ ਵੀ ਪੰਜਾਬ ਦੇ ਲੋਕਾਂ ਨੂੰ ਬਹੁਤ ਜਲਦ ਪਤਾ ਲੱਗ ਜੂਗਾ ਵੀ ਆਮ ਆਦਮੀ ਪਾਰਟੀ ਕਿੱਥੇ ਜੇ ਖੜੀ ਹੈ। ਜੀ ਬਿਲਕੁਲ, ਤੇ ਸਰ ਉਧਰ ਦੂਸਰੇ ਪੰਨੇ ਜਿਹੜੇ ਬਾਕੀ ਦੇ ਮੰਤਰੀ ਸਾਹਿਬਾਨ ਨੇ ਉਹ ਵੀ ਇਸ ਵੇਲੇ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ। ਜੇਕਰ ਮੈਂ ਗੱਲ ਕਰਾਂ ਜਿਹੜੇ ਪੰਚਾਇਤੀ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ, ਉਹਨਾਂ ਨੇ ਕਹਿੰਦੇ ਪੰਚਾਇਤੀ ਫੰਡਾਂ ਦੇ ਉੱਪਰ ਰੋਕ ਲਗਾ ਦਿੱਤੀ ਹੈ ਜੀ। ਹਾਂ ਬਿਲਕੁਲ ਜੀ, ਪਤਾ ਲੱਗਾ ਜੀ ਕਿ ਪੰਜਾਬ ਦੀ ਜਿਹੜੀ ਸਰਕਾਰ ਆ, ਕੁਲਦੀਪ ਸਿੰਘ ਢਾਲੀਵਾਲ ਪੇਂਡੂ ਵਿਕਾਸ ਮੰਤਰੀ ਆ ਹੁਣ, ਉਹਨਾਂ ਦੇ ਵੱਲੋਂ ਪੰਚਾਇਤੀ ਫੰਡਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਆ। ਗੱਲ ਇਹ ਕਹੀ ਗਈ ਆ ਅਸਲ ਦੇ ਵਿੱਚ ਕਿ ਜਿਹੜੀ ਪਿਛਲੀ ਸਰਕਾਰ ਆ, ਚੰਗੀ ਸਰਕਾਰ, ਉਹਨੇ ਜਾਂਦੇ ਜਾਂਦੇ ਪਿੰਡਾਂ ਨੂੰ ਬਹੁਤ ਸਾਰੀਆਂ ਗਰੰਟਾਂ ਜਾਰੀ ਕੀਤੀਆਂ, ਉਹਨਾਂ ਗਰੰਟਾਂ ਦੇ ਵਿੱਚ ਕੋਈ ਘਪਲੇਬਾਜ਼ੀ ਨਾ ਹੋਈ ਹੋਵੇ। ਵੈਸੇ ਵੀ ਇਹ ਗੱਲ ਸੱਚੀ ਆ ਵੀ ਜਦੋਂ ਕੋਈ ਸਰਕਾਰ ਜਾ ਰਹੀ ਹੁੰਦੀ ਆ ਉਹ ਗੱਫੇ ਬੜੇ ਵੰਡਦੀ ਆ ਵੀ ਜੇ ਤਾਂ ਅਸੀਂ ਆ ਗਏ ਮੁੜ ਕੇ ਤਾਂ ਬਹੁਤ ਵਧੀਆ ਗੱਲ ਆ, ਜੇ ਅਸੀਂ ਨਾ ਆਏ ਤਾਂ ਜਿਹੜਾ ਆਊਗਾ ਆਪੇ ਫਸੇ ਟੰਗਿਆ ਰਹੂਗਾ। ਸੋ ਇਸ ਕਰਕੇ ਜਿਹੜੀ ਇਹ ਗਰਾਂਟ ਆ, ਕਿਸੇ ਵੀ ਤਰ੍ਹਾਂ ਦੀ ਗਰਾਂਟ ਆ, ਭਾਵੇਂ ਉਹ ਕਬਰਸਤਾਨਾਂ ਦੀ ਆ, ਭਾਵੇਂ ਸ਼ਮਸ਼ਾਨ ਘਾਟਾਂ ਦੀ ਆ, ਭਾਵੇਂ ਕੋਈ ਪਿੰਡਾਂ ਦੇ ਵਿੱਚ ਹੋਰ ਵਿਕਾਸ ਕੰਮਾਂ ਦੀ ਹੈ, ਉਹ ਸਾਰੀ ਦੀ ਸਾਰੀ ਦੇ ਉੱਤੇ ਬ੍ਰੇਕ ਲਾ ਦਿੱਤੀ ਗਈ ਹੈ, ਇਹਦੀ ਹੁਣ ਪੜਤਾਲ ਹੋਊਗੀ। ਹੈ ਤਾਂ ਇਹਦਾ ਵਿੱਚ ਮੁੱਦਾ ਖਜ਼ਾਨਾ ਖਾਲੀ ਹੋਣ ਨਾਲ ਜੁੜਿਆ ਹੋਇਆ, ਪਰ ਗੱਲ ਇਹ ਕਹੀ ਜਾ ਰਹੀ ਹੈ ਕਿ ਭ੍ਰਿਸ਼ਟਾਚਾਰ ਦੇ ਨਾਲ ਜੁੜੀ ਹੋਈ ਗੱਲ ਹੈ। ਸਮਾਂ ਦੱਸੂਗਾ ਜੀ ਇਹਦੇ ਵਿੱਚੋਂ ਨਵੀਂ ਗੱਲ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ, ਪਰ ਫਿਲਹਾਲ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਭਾਈ ਇਸ ਗ੍ਰਾਂਟ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਜਿਹੜੇ ਵੀ ਪਿੰਡ ਨੂੰ ਗ੍ਰਾਂਟ ਜਾਰੀ ਹੋਈ ਹੈ ਉਹਨੂੰ ਉਹ ਸਰਪੰਚ, ਉਹ ਪੰਚਾਇਤ ਹੁਣ ਬਿਲਕੁਲ ਖਰਚ ਨਹੀਂ ਕਰ ਸਕੂਗਾ ਕਿਸੇ ਵੀ ਮਾਮਲੇ ਦੇ ਉੱਤੇ। ਪਹਿਲਾਂ ਉਹਦੀ ਪੜਤਾਲ ਹੋਊਗੀ ਤੇ ਫਿਰ ਜਦੋਂ ਸਰਕਾਰੀ ਆਦੇਸ਼ ਹੋਏ ਤਾਂ ਪਿੰਡਾਂ ਦੇ ਵਿਕਾਸ ਕੰਮ ਆ ਜਿਹੜੇ ਉਹ ਲਗਾਤਾਰ ਅੱਗੇ ਵਧਣਗੇ ਜੀ। ਜੀ ਬਿਲਕੁਲ, ਤੇ ਸਰ ਜਦੋਂ ਵਿਰੋਧੀ ਧਿਰ ਦੇ ਨੇਤਾ ਦੀ ਗੱਲ ਆਉਂਦੀ ਹੈ ਕਹਿੰਦੇ ਭੇਸ ਅਜੇ ਵੀ ਇੱਥੇ ਹੀ ਫਸਿਆ ਹੋਇਆ, ਇਸ ਵੇਲੇ ਕੌਣ ਹੋਏਗਾ ਪੰਜਾਬ 'ਚ ਵਿਰੋਧੀ ਧਿਰ ਦਾ ਨੇਤਾ, ਇਹ ਚਰਚਾ ਜ਼ੋਰਾਂ ਦੇ ਉੱਪਰ ਹੈ ਜੀ। ਹਾਂ ਬਿਲਕੁਲ ਜੀ, ਮੈਂ ਅੱਗੇ ਵੀ ਗੱਲ ਕਹਿਦਾ ਹੁੰਦਾ ਕਿ ਕਾਂਗਰਸ ਦੇ ਵੱਲੋਂ ਬੀਤੇ ਤੋਂ ਸਬਕ ਨਹੀਂ ਕਦੇ ਸਿੱਖਿਆ ਗਿਆ ਤੇ ਨਾ ਹੀ ਉਹ ਸਿੱਖਣ ਦੀ ਚਾਹਨਾ ਦੇ ਵਿੱਚ ਹੈ। ਕਾਂਗਰਸ ਦੇ ਵਿੱਚ ਕਲੇਸ਼ ਸਿਖਰ ਦੇ ਉੱਤੇ,
ਬਸ ਇਹਨਾਂ ਦੇ ਵਿੱਚ ਕਲੇਸ਼ ਹੀ ਕਲੇਸ਼ ਆ, ਹੋਰ ਕੁਛ ਨਹੀਂ ਗਾ। ਸੋ ਦੇਖੋ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਆ ਜਿਹੜਾ ਨਵੀਂ ਸਰਕਾਰ ਦਾ ਉਹ ਮੁੱਕ ਗਿਆ। ਇਸ ਦੇ ਬਾਵਜੂਦ ਇਹਨਾਂ ਨੇ ਹਾਲੇ ਤੱਕ ਵਿਰੋਧੀ ਧਿਰ ਦਾ ਨੇਤਾ ਨਹੀਂ ਚੁਣਿਆ। ਜੇ ਵਿਰੋਧੀ ਧਿਰ ਦਾ ਨੇਤਾ ਚੁਣਿਆ ਹੋਵੇ ਤਾਂ ਹੋ ਸਕਦਾ ਵੀ ਉਹ ਵੱਖ ਵੱਖ ਮੁੱਦਿਆਂ ਦੇ ਉੱਤੇ ਸੱਤਾਧਾਰੀ ਧਿਰ ਨੂੰ ਸਵਾਲ ਕਰੇ, ਪਰ ਇੱਥੇ ਦਾ ਪਤਾ ਹੀ ਕਿਸੇ ਨੂੰ ਨਹੀਂ ਕੁਛ ਵੀ ਭਾਈ ਕੌਣ ਵਿਰੋਧੀ ਧਿਰ ਦਾ ਨੇਤਾ ਹੋਊਗਾ। ਸੋ ਇਸ ਕਰਕੇ ਸਵਾਲ ਹੀ ਰਹਿ ਜਾਣਾ ਇਹ ਵੀ ਭਾਈ ਬਣਨਾ ਕੀ ਆਉਂਦੇ ਸਮੇਂ ਦੇ ਵਿੱਚ। ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਹਾਲੇ ਤੱਕ ਪ੍ਰਧਾਨ ਨਹੀਂ ਚੁਣਿਆ ਗਿਆ, ਨਵਜੋਤ ਸਿੱਧੂ ਨੇ ਕਿੰਨੇ ਦਿਨ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ, ਪੰਜਾਂ ਸੂਬਿਆਂ ਨੇ ਜਿੱਥੇ ਕਾਂਗਰਸ ਦੇ ਝੰਡੇ ਗੱਡਤੇ ਆ ਕੌਮੇ 'ਚ ਤੇ ਉਹਨਾਂ ਦੇ ਅਸਤੀਫੇ ਲੈ ਲਏ ਸੀ ਪ੍ਰਧਾਨਾਂ ਦੇ ਵੱਖ ਵੱਖ ਸੂਬਿਆਂ ਨੇ, ਤੇ ਉਹਨਾਂ ਦੇ ਵਿੱਚੋਂ ਕਿਸੇ ਥਾਂ ਦੇ ਉੱਤੇ ਹਾਲੇ ਤੱਕ ਨਵਾਂ ਪ੍ਰਧਾਨ ਨਹੀਂ ਲਾਇਆ, ਪੰਜਾਬ ਦੇ ਵਿੱਚ ਵੀ ਨਹੀਂ ਲਾਇਆ। ਸੋ ਨਾ ਤਾਂ ਪੰਜਾਬ ਦੇ ਵਿੱਚ ਇਹ ਪਤਾ ਕਾਂਗਰਸ ਨੂੰ ਵੀ ਸਾਡਾ ਪ੍ਰਧਾਨ ਕੌਣ ਹੋਊਗਾ, ਨਾ ਇਹ ਪਤਾ ਵੀ ਸਾਡਾ ਵਿਰੋਧੀ ਧਿਰ ਦਾ ਨੇਤਾ ਕੌਣ ਹੋਊਗਾ। ਸੋ ਇਹਨਾਂ ਨੇ ਮੁੱਖ ਮੰਤਰੀ ਕਾਹਦਾ ਬਣਾਉਣਾ, ਇਹਨਾਂ ਦੇ ਕੋਲ ਤਾਂ ਵਿਰੋਧੀ ਧਿਰ ਦਾ ਨੇਤਾ ਨਹੀਂ ਬਣ ਰਿਹਾ ਹਾਲੇ ਤੱਕ। ਸੋ ਇਹ ਗੱਲ ਹੈਗੀ ਆ। ਪਰ ਸੁਖਪਾਲ ਸਿੰਘ ਖਹਿਰਾ, ਰਾਜਾ ਵੜਿੰਗ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪ੍ਰਤਾਪ ਸਿੰਘ ਬਾਜਵਾ, ਇਹ ਸਾਰੇ ਉਹ ਨਾਂ ਜਿਹੜੇ ਕਿ ਇਸ ਵੇਲੇ ਚਰਚਾ ਦੇ ਵਿੱਚ ਹੈ, ਜਿਹੜੇ ਚਾਹੁੰਦੇ ਵੀ ਸਾਨੂੰ ਮੌਕਾ ਮਿਲ ਜੇ। ਜੀ ਤੇ ਸਰ, ਉਧਰ ਦੂਸਰੇ ਬੰਨੇ ਜੇਕਰ ਆਪਾਂ ਗੱਲ ਕਰੀਏ ਹੁਣ ਦਿੱਲੀ ਦੀ, ਦਿੱਲੀ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਔਰ ਅਰਵਿੰਦ ਕੇਜਰੀਵਾਲ ਉਹਨਾਂ ਦਾ ਇੱਕ ਟਵੀਟ ਇਸ ਵੇਲੇ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ, ਉਹ ਕਹਿੰਦੇ ਜੇਕਰ ਭਾਜਪਾ ਨੂੰ ਆਪਣੇ ਉੱਪਰ ਇੰਨਾ ਹੀ ਜ਼ਿਆਦਾ ਮਾਣ ਹੈ, ਜੇਕਰ ਭਾਜਪਾ ਨੂੰ ਲੱਗਦਾ ਹੈ ਕਿ ਅਸੀਂ ਹਰ ਪਾਸੇ ਜਿੱਤ ਹਾਸਲ ਕਰ ਲਵਾਂਗੇ ਤਾਂ ਦਿੱਲੀ ਦੇ ਵਿੱਚ ਜਿਹੜੀਆਂ ਐਨਸੀਡੀ ਦੀਆਂ ਚੋਣਾਂ ਨੇ ਉਹ ਵਿਹੜੇ ਸਿਰ ਕਰਵਾ ਕੇ ਦਿਖਾ ਦਿਓ। ਹਾਂ ਬਿਲਕੁਲ ਜੀ, ਇਹ ਗੱਲ ਕਹੀ ਗਈ ਉਹਨਾਂ ਦੇ ਵੱਲੋਂ ਕਿ ਜੇਕਰ ਭਾਜਪਾ ਨੂੰ ਆਪਣੇ ਉੱਤੇ ਇੰਨਾ ਹੀ ਮਾਣ ਆ, ਜੇਕਰ ਭਾਜਪਾ ਇਹ ਜਾਣਦੀ ਜੀ ਕਿ ਅਸੀਂ ਚੋਣਾਂ ਜਿੱਤਣੀਆਂ ਜਾਣਦੇ ਹਾਂ, ਜੇਕਰ ਭਾਜਪਾ ਨੂੰ ਇਹ ਲੱਗਦਾ ਕਿ ਦਿੱਲੀ ਐਮਸੀਡੀ ਦੀਆਂ ਚੋਣਾਂ ਜਿਹੜੀਆਂ ਕਿ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਉਹ ਅਸੀਂ ਜਿੱਤ ਸਕਦੇ ਹਾਂ, ਤਾਂ ਫਿਰ ਇਹ ਚੋਣਾਂ ਵੇਲੇ ਸਿਰ ਕਿਉਂ ਨਹੀਂ ਕਰਵਾਉਂਦੇ? ਕਿਉਂਕਿ ਜਿਵੇਂ ਬਾਕੀ ਵੱਖ ਵੱਖ ਥਾਵਾਂ ਦੇ ਉੱਤੇ ਚੋਣਾਂ ਸਥਾਨਕ ਸਰਕਾਰਾਂ ਵਾਲੀਆਂ ਜਾਂ ਹੋਰ ਰੁਕ ਜਾਂਦੀਆਂ, ਉਵੇਂ ਹੀ ਇੱਥੇ ਐਮਸੀਡੀ ਦੀਆਂ ਚੋਣਾਂ ਵੀ ਅਣਮਿੱਥੇ ਸਮੇਂ ਵਾਸਤੇ ਬੀਜੇਪੀ ਨੇ ਰੋਕਤੀਆਂ। ਇੱਥੇ ਤਿੰਨ ਨਗਰ ਨਿਗਮਾਂ ਦਿੱਲੀ ਦੇ ਵਿੱਚ, ਤਿੰਨਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਪਰ ਨਗਰ ਨਿਗਮਾਂ ਜਿਹੜੀਆਂ ਉਹ ਅੰਡਰ ਕੰਮ ਕਰਦੀਆਂ ਬੀਜੇਪੀ ਦੇ, ਕੇਂਦਰ ਦੀ ਸਰਕਾਰ ਦੇ, ਇਸ ਕਰਕੇ ਉੱਥੇ ਜਿਹੜਾ ਉਹ ਕਾਫੀ ਵਾਰ ਤੜਾ ਤਣੀ ਵਾਲਾ ਮਾਹੌਲ ਰਹਿੰਦਾ ਵੀ ਭਾਈ ਕੌਂਸਲਰ ਕਹਿੰਦੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਸਾਨੂੰ ਇਜਾਜ਼ਤ ਨਹੀਂ ਮਿਲਦੀ, ਵਿਕਾਸ ਦੇ ਕੰਮ ਰੁਕੇ ਪਏ ਆ। ਸੋ ਇਸ ਕਰਕੇ ਹੁਣ ਕੇਜਰੀਵਾਲ ਨੇ ਇੱਕ ਚੁਣੌਤੀ ਦਿੱਤੀ ਹੈ, ਉਹਨੇ ਕਿਹਾ ਵੀ ਜੇਕਰ ਬੀਜੇਪੀ ਦੇ ਵਿੱਚ ਦਮ ਹੈ ਤਾਂ ਉਹ ਵੇਲੇ ਸਿਰ ਚੋਣਾਂ ਕਰਵਾ ਕੇ ਦਿਖਾਵੇ, ਤੇ ਜੇਕਰ ਇਹ ਵੇਲੇ ਸਿਰ ਚੋਣਾਂ ਕਰਵਾ ਲੈਂਦੇ ਆ ਤੇ ਜਿੱਤ ਜਾਂਦੇ ਆ ਤਾਂ ਅਸੀਂ ਸਿਆਸਤ ਛੱਡ ਦਿਆਂਗੇ, ਇਹ ਕਰਵਾ ਕੇ ਦੇਖਣ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਕਿੰਨੇ ਪਾਣੀ ਦੇ ਵਿੱਚ ਹੈ। ਸੋ ਬੜੀ ਵੱਡੀ ਉਹਨਾਂ ਨੇ ਚੁਣੌਤੀ ਦਿੱਤੀ ਹੈ, ਪਰ ਮੈਨੂੰ ਲੱਗਦਾ ਨਹੀਂ ਵੀ ਬੀਜੇਪੀ ਇਹਨੂੰ ਸਵੀਕਾਰ ਕਰੂਗੀ। ਜੀ ਬਿਲਕੁਲ ਸਰ, ਇੱਕ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਪੰਜਾਬ ਤੋਂ ਵੀ ਸਾਹਮਣੇ ਆਈ ਹੈ, ਕਹਿੰਦੇ ਨੇ ਤਰਨ ਤਾਰਨ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਲੈਂਟਰ ਡਿੱਗ ਗਿਆ ਜਿਹਦੇ ਕਰਕੇ ਚਾਚੇ ਭਤੀਜੇ ਦੀ ਮੌਤ ਹੋ ਗਈ ਹੈ। ਹਾਂ ਬਿਲਕੁਲ ਜੀ, ਤਰਨ ਤਾਰਨ ਦੇ ਵਿੱਚ ਲੈਂਟਰ ਡਿੱਗ ਪਿਆ ਤੇ ਬੜੇ ਦੁੱਖ ਦੀ ਇਹ ਖਬਰ ਹੈ। ਤਰਨ ਤਾਰਨ ਵਿੱਚ ਚੋਲਾ ਸਾਹਿਬ ਦੇ ਵਿੱਚੋਂ ਇਹ ਖਬਰ ਆਈ ਹੈ, ਉੱਥੇ ਇਹ ਲੈਂਟਰ ਡਿੱਗਿਆ। ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਸੀਗੀ ਤੇ ਉੱਥੇ ਇਹ ਜਿਹੜੀ ਆ ਉਹ ਇਮਾਰਤ ਦਾ ਜਿਹੜਾ ਨਵੀਂ ਦਾ ਲੈਂਟਰ ਪੈ ਰਿਹਾ ਸੀ ਉਹ ਡਿੱਗ ਪਿਆ ਤੇ ਚਾਚੇ ਭਤੀਜੇ ਦੀ ਮੌਕੇ ਦੇ ਉੱਤੇ ਮੌਤ ਹੋਈ ਹੈ। ਤੇ ਅਗਲੀ ਜਾਣਕਾਰੀ ਇਹ ਹੈਗੀ ਹੈ ਵੀ ਇੱਥੇ ਦੋ ਜਣੇ ਜ਼ਖਮੀ ਵੀ ਹੋਏ ਆ, ਉਹਨਾਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਅਚਾਨਕ ਵਾਪਰਿਆ ਜਿਹੜਾ ਹਾਦਸਾ, ਇਹਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਭਾਈ ਬਹੁਤ ਦੁੱਖ ਹੋਇਆ ਇਸ ਗੱਲ ਦੇ ਉੱਤੇ, ਬਹੁਤ ਹੀ ਝੰਡੋੜਨ ਵਾਲੀ ਗੱਲ ਹੈਗੀ ਆ। ਸੋ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਕਾਮਨਾ ਤਾਂ ਹਰ ਕੋਈ ਕਰਦਾ, ਪਰ ਪਤਾ ਹੀ ਨਹੀਂ ਹੁੰਦਾ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਕੀ ਤੋਂ ਕੀ ਵਾਪਰ ਜਾਣਾ। ਇਹ ਜਿਹੜਾ ਲੈਂਟਰ ਆ ਉਹ ਇਸ ਕਰਕੇ ਡਿੱਗਿਆ ਵੀ ਜਿਹੜੀਆਂ ਥੱਲੇ ਬੱਲੀਆਂ ਲਾਈਆਂ ਹੁੰਦੀਆਂ, ਜਿਹੜੀਆਂ ਥੱਲੇ ਉਹ ਡਾਂਗਾਂ ਕਹਿ ਲਈਏ ਜਾਂ ਜਿਹੜੇ ਥੱਲੇ ਗੱਡੇ ਹੁੰਦੇ ਉਹ ਬੁਰਜੀਆਂ ਬਣਾ ਕੇ ਉਹ ਡਿੱਗ ਪਏ, ਅਸਲ ਦੇ ਵਿੱਚ ਉਹ ਕਿਲਕ ਗਏ ਜਾਂ ਕੁਛ ਵੀ ਕਾਰਨ ਬਣ ਗਿਆ ਜਿਹਦੇ ਕਰਕੇ ਲੈਂਟਰ ਥੱਲੇ ਡਿੱਗ ਪਿਆ ਸੀ। ਜੀ ਤੇ ਸਰ, ਦੂਸਰੇ ਬੰਨੇ ਹੁਣ ਗੱਲ ਕਰਦੇ ਹਾਂ ਜੀ ਰਾਕੇਸ਼ ਟਕੈਤ ਹੋਰਾਂ ਦੀ। ਰਾਕੇਸ਼ ਟਕੈਤ ਹੋਰਾਂ ਨੇ ਵੀ ਇੱਕ ਟਵੀਟ ਕੀਤਾ ਜਿਸ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਗਈ ਹੈ। ਟਕੈਤ ਹੋਰਾਂ ਨੇ ਕਿਹਾ, ਕਹਿੰਦੇ ਖੇਤੀ ਕਾਨੂੰਨ ਵਾਪਸ ਆਏ ਤਾਂ ਦੁਬਾਰਾ ਤੋਂ ਅੰਦੋਲਨ ਸ਼ੁਰੂ ਕਰਾਂਗੇ ਅਸੀਂ। ਦੇਖੋ ਜੀ, ਇਸ ਗੱਲ ਦੇ ਨਾ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਆ ਵੀ ਖੇਤੀ ਕਾਨੂੰਨ ਫੇਰ ਵਾਪਸ ਆ ਸਕਦੇ ਆ। ਇਸ ਗੱਲ ਦੀ ਚਰਚਾ ਚੱਲਣੀ ਸ਼ੁਰੂ ਹੋਈ ਹੈ ਵੀ ਕਿਤੇ ਸਰਕਾਰ ਇਸ ਗੱਲ ਦੀ ਤਿਆਰੀ ਤਾਂ ਨਹੀਂ ਕਰ ਰਹੀ ਵੀ ਖੇਤੀ ਕਾਨੂੰਨ ਅਸੀਂ ਫੇਰ ਲੈ ਕੇ ਆਈਏ। ਉਹ ਕਾਰਨ ਇਹਦੇ ਪਿੱਛੇ ਇਹ ਹੈ, ਇਹ ਕਨਸੂਆਂ ਕਿਉਂ ਆ, ਕਿਉਂਕਿ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਸੀ ਉਹਨੇ ਆਪਦੀ ਜਿਹੜੀ ਆ ਉਹ ਵੇਰਵਾ ਉਹ ਦਰਜ ਕਰਵਾ ਦਿੱਤਾ, ਉਹਨੇ ਸੀਲਬੰਦ ਲਿਫਾਫਾ ਦਿੱਤਾ। ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਵੀ ਇਹਦੇ ਵਿੱਚ ਲਿਖਿਆ ਹੋਇਆ ਕਿ ਜੀ 86% ਕਿਸਾਨ ਸੰਗਠਨ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਸੀ ਤੇ ਇਹ ਕਾਨੂੰਨ ਰੱਦ ਨਹੀਂ ਸੀ ਕਰਨੇ ਚਾਹੀਦੇ, ਇਹ ਕਾਨੂੰਨ ਬਹੁਤ ਚੰਗੇ ਸੀਗੇ ਤੇ ਇਹ ਐਵੇਂ ਰੱਦ ਕਰ ਦਿੱਤੇ ਗਏ, ਇਹ ਤਾਂ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਲੇ, ਖੁਸ਼ਹਾਲ ਕਰਨ ਵਾਲੇ ਸੀ। ਸੋ ਹੁਣ ਇਹਨਾਂ ਇਸ ਗੱਲ ਤੋਂ ਹੋਏ ਵੀ ਕਿਤੇ ਇਹ ਤਾਂ ਨਹੀਂ ਵੀ ਕੇਂਦਰ ਦੀ ਸਰਕਾਰ ਇੱਕ ਦੇਸ਼ ਜਿਹਾ ਬਣਾ ਰਹੀ ਹੋਵੇ
ਵੀ ਆਹ ਦੇਖੋ ਜੀ ਜੇ 86% ਕਿਸਾਨ ਸੰਗਠਨ ਸਾਡੇ ਪੱਖ ਦੇ ਵਿੱਚ ਹੈ ਤਾਂ ਫਿਰ ਇਹ ਕਾਨੂੰਨ ਅਸੀਂ ਦੁਬਾਰਾ ਹੀ ਲੈ ਗਏ। ਯੋਗਿੰਦਰ ਯਾਦਵ ਨੇ ਵੀ ਇਹ ਗੱਲ ਕਹੀ ਹੈ ਵੀ ਇਹ ਹੋ ਸਕਦਾ ਇੱਕ ਬੇਸ ਬਣਾਉਣ ਦੀ ਤਿਆਰੀ ਹੋਵੇ। ਰਾਕੇਸ਼ ਟਕੈਤ ਨੇ ਕੱਲ੍ਹ ਇਹ ਗੱਲ ਕਹੀ ਹੈ ਵੀ ਜੇਕਰ ਸਰਕਾਰ ਚਾਹੁੰਦੀ ਹੋਵੇ ਵੀ ਭਾਈ ਅਸੀਂ ਕਾਨੂੰਨ ਵਾਪਸ ਲੈ ਕੇ ਆਵਾਂਗੇ ਜਾਂ ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਹੋਰ ਰੂਪ ਦੇ ਵਿੱਚ ਲੈ ਕੇ ਆਵਾਂਗੇ ਤਾਂ ਸਾਡੇ ਕੋਲ ਟਰੈਕਟਰ ਵੀ ਖੜੇ ਆ, ਟੈਂਕੀਆਂ ਵੀ ਤੇਲ ਦੀਆਂ ਫੁੱਲ ਆ, ਅਸੀਂ ਆਪ ਵੀ ਹੁਣ ਫਿਰ ਜਜ਼ਬੇ 'ਚ ਪਹਿਲਾਂ ਵਾਲੀ ਹਾਂ, ਅਸੀਂ ਫਿਰ ਅੰਦੋਲਨ ਸ਼ੁਰੂ ਕਰ ਦੇਣਾ। ਤੋ ਬਾਕੀ ਦੇਖੋ ਕੀ ਬਣਦਾ ਇਸ ਮਾਮਲੇ ਦੇ ਉੱਤੇ। ਪਰ ਗੱਲ ਇਹ ਜੀ ਕਿ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਹਾਲੇ ਵੀ ਝਕਾਨੀਆਂ ਜਿਹੀਆਂ ਦੇ ਰਹੀ ਹੈ। MSP ਦੇ ਮਾਮਲੇ 'ਤੇ ਹਾਲੇ ਤੱਕ ਕਮੇਟੀ ਨਹੀਂ ਬਣੀ। ਇਹ ਕਹਿੰਦੇ ਸੀ ਕਮੇਟੀ ਬਣਾ ਲਿਆਂਗੇ, ਜਿਹਨਾਂ 'ਤੇ ਪਰਚੇ ਦਰਜ ਉਹ ਸਾਰੇ ਰੱਦ ਕਰ ਦਿਆਂਗੇ, ਅਸੀਂ ਮੁਆਵਜ਼ੇ ਦੇ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਪਰ ਮੈਨੂੰ ਲੱਗਦਾ ਵੀ ਇਹ ਸਿਰਫ ਚੋਣਾਂ ਦਾ ਵੇਲਾ ਟਪਾਉਣ ਦੇ ਲਈ ਸੀ ਸਾਰੀ ਕਾਰਗੁਜ਼ਾਰੀ। BJP 5 ਦੇ ਵਿੱਚੋਂ 4 ਸੂਬਿਆਂ ਦੇ ਵਿੱਚ ਜਿੱਤ ਗਈ ਹੈ, ਬਸ ਆਹੀ ਉਹਨਾਂ ਦੀ ਇੱਛਾ ਸੀ ਕਿ ਹੁਣ ਉਹਨਾਂ ਨੂੰ ਲੋੜ ਨਹੀਂ ਦਿੱਤੀ ਜੀ। ਪਰ ਸਰ ਸਮਝ ਤੋਂ ਬਾਹਰ ਦੀ ਗੱਲ ਹੈ, ਕਿਉਂ ਵਾਰ ਵਾਰ ਇਸ ਤਰੀਕੇ ਦੇ ਨਾਲ ਟਿੱਚਰਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਨੂੰ, ਕਿਉਂ ਵਾਰ ਵਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਆਖਿਰਕਾਰ ਸਰਕਾਰਾਂ ਚਾਹੁੰਦੀਆਂ ਕੀ ਨੇ, ਇਹ ਸਾਰੀਆਂ ਗੱਲਾਂ ਸਮਝ ਤੋਂ ਪਰੇ ਹੋਈਆਂ ਹੋਈਆਂ ਨੇ। ਹਾਂ ਬਿਲਕੁਲ, ਦੇਖੋ ਸਰਕਾਰਾਂ ਦਾ ਕੰਮ ਹੁੰਦਾ ਵੀ ਟਿੱਚਰ ਨਾ ਕਰਨਾ ਤੇ ਸੰਜੀਦਾ ਤਰੀਕੇ ਦੇ ਨਾਲ ਹਰ ਮਸਲੇ ਬਾਰੇ ਸੋਚਣਾ, ਪਰ ਸਰਕਾਰ ਸੋਚ ਨਹੀਂ ਰਹੀ, ਇਹਦਾ ਕਾਰਨ ਪਤਾ ਨਹੀਂ ਕੀ ਹੈ। ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਤੇ ਮੈਂ ਸੋਚਦਾ ਜੀ ਕਿ ਕਿਸਾਨਾਂ ਨੂੰ ਹੋਰ ਕੜਪਾਉਣਾ ਵੀ ਨਹੀਂ ਚਾਹੀਦਾ। ਸਗੋਂ ਕੜਪੇ ਹੋਏ ਤਾਂ ਉਹ 1 ਸਾਲ ਤੋਂ ਵੱਧ ਸਮਾਂ ਬੈਠੇ ਰਹੇ ਸੜਕਾਂ ਦੇ ਉੱਤੇ, ਦਿੱਲੀ ਦੇ ਬਾਰਡਰਾਂ ਦੇ ਉੱਤੇ, ਤੇ ਹੁਣ ਉਹ ਤਜਰਬਾ ਇਹਨਾਂ ਨੂੰ ਫੇਰ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਕਿਸਾਨ ਫਿਰ ਇਕੱਠੇ ਹੋ ਕੇ ਉਵੇਂ ਹੀ ਹੰਭਲਾ ਮਾਰਨਗੇ ਜਿਵੇਂ ਕਿ ਪਹਿਲਾਂ ਹੰਭਲਾ ਮਾਰਿਆ ਗਿਆ ਸੀ। ਸੋ ਉਸ ਤੋਂ ਅਗਲੀ ਗੱਲ ਇਹ ਜੀ ਕਿ ਜਿਹੜੇ ਕਿਸਾਨ ਸੰਗਠਨਾਂ ਦੇ ਵਿੱਚ ਭਾਵੇਂ ਫਿੱਕ ਪਈ ਹੈ, ਤਰੇੜ ਪਈ ਹੈ ਪੰਜਾਬ ਦੇ ਵਿੱਚ, ਕਿਉਂਕਿ ਇੱਥੇ ਕੁਝ ਕਿਸਾਨ ਸੰਗਠਨਾਂ ਨੇ ਚੋਣ ਵੀ ਲੜੀ ਹੈ, ਤੇ ਉਹਨਾਂ ਨੂੰ ਜਿਹੜੇ ਕਿਸਾਨ ਇਕੱਲੇ ਸੰਘਰਸ਼ ਕਰਨ ਵਾਲੇ ਆ ਉਹ ਚੋਣ ਲੜਨ ਦੇ ਚਾਹਵਾਨ ਪਰੇ ਵੀ ਕੀਤਾ ਗਿਆ। ਪਰ ਇਹਦਾ ਮਤਲਬ ਇਹ ਵੀ ਨਹੀਂ ਗਾ ਵੀ ਭਾਈ ਹੁਣ ਕਿਸਾਨ ਸੰਘਰਸ਼ ਦੇ ਵਿੱਚ ਬਚਿਆ ਕੁਝ ਨਹੀਂ ਗਾ, ਇਹ ਘਟਾ ਕੇ ਨਹੀਂ ਦੇਖਣਾ ਚਾਹੀਦਾ, ਕਿਸਾਨ ਫਿਰ ਇਕੱਠੇ ਆ, ਕਿਸਾਨ ਫਿਰ ਇਕੱਠੇ ਹੋਣਗੇ ਜੀ। ਬਿਲਕੁਲ। ਤੇ ਸਰ ਇੱਕ ਹੋਰ ਦੁਖਦਾਇਕ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਉਹਦੀ ਵੀ ਸਾਂਝ ਪਾਉਂਦੇ ਆ, ਕਹਿੰਦੇ ਮਸ਼ਹੂਰ ਗੀਤਕਾਰ ਅਲਮਸਤ ਦੇਸਲਪੁਰੀ ਦੀ ਮੌਤ ਹੋ ਗਈ ਹੈ ਜੀ। ਹਾਂ ਬਿਲਕੁਲ ਜੀ, ਇਹ ਬੜੇ ਦੁੱਖ ਦੀ ਖਬਰ ਹੈਗੀ ਹੈ, ਬਹੁਤ ਮਹਾਨ ਗੀਤਕਾਰ ਤੇ ਉਹਨਾਂ ਦੀ ਮੌਤ ਹੋ ਗਈ ਹੈ, ਅਲਮਸਤ ਦੇਸਲਪੁਰੀ ਸਾਹਿਬ। ਉਹਨਾਂ ਦੇ ਗੀਤ ਆ ਜਿਹੜੇ ਉਹ ਹੰਸਰਾਜ ਹੰਸ ਨੇ, ਜਸਵੀਰ ਜੱਸੀ ਨੇ, ਮਲਕੀਤ ਗੋਲਡਨ ਸਟਾਰ ਨੇ, ਸਰਦੂਲ ਸਿਕੰਦਰ ਨੇ ਤੇ ਸੁਖਵਿੰਦਰ ਸਿੰਘ ਨੇ, ਛਈਆਂ ਛਈਆਂ ਵਾਲੇ ਨੇ ਤੇ ਹੋਰ ਬੜੀਆਂ ਸ਼ਖਸੀਅਤਾਂ ਨੇ ਗਾਏ ਆ, ਵੱਡੇ ਵੱਡੇ ਕਲਾਕਾਰਾਂ ਨੇ। ਸੋ ਅਲਮਸਤ ਦੇਸਲਪੁਰੀ ਸਾਹਿਬ ਆ ਜਿਹੜੇ ਇਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀਗੇ ਤੇ ਉਹਨਾਂ ਦੀ ਹੁਣ ਮੌਤ ਹੋ ਗਈ ਆ, ਤੇ ਦੇਸਲਪੁਰਾ ਸਾਹਿਬ ਆ ਜਿਹੜੇ ਉਹਨਾਂ ਦੀ ਦੇਣ ਆ ਜਿਹੜੀ ਉਹ ਘਟਾ ਕੇ ਨਹੀਂ ਦੇਖੀ ਜਾ ਸਕਦੀ, ਬੜੀ ਵੱਡੀ ਉਹਨਾਂ ਦੀ ਦੇਣ ਰਹੀ ਹੈ ਤੇ ਉਹਨਾਂ ਦੇ ਜਾਣ ਦੇ ਉੱਤੇ ਪੂਰਾ ਜਿਹੜਾ ਸੰਗੀਤ ਸੰਸਾਰ ਚ ਬਹਿ ਗਿਆ। ਤੇ ਭਾਵੇਂ ਕਿ ਅੱਜ ਕੱਲ੍ਹ ਗੀਤਕਾਰਾਂ ਦੀ ਕਦਰ ਕਰਨ ਵਾਲੇ ਲੋਕ ਥੋੜੇ ਆ, ਪਰ ਜਿਹੜੇ ਇਹਨਾਂ ਨੂੰ ਪਸੰਦ ਕਰਦੇ, ਜਿਹੜੇ ਇਹਨਾਂ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਇਹਨਾਂ ਦੇ ਜਾਣ ਦੇ ਉੱਤੇ ਦੁੱਖ ਬਹੁਤ ਹੋਇਆ ਜੀ। ਜੀ ਬਿਲਕੁਲ। ਸਰ ਹੁਣ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੌਸਮ ਦੀ, ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਇਸ ਵੇਲੇ? ਦੇਖੋ ਜੀ, ਪੰਜਾਬ ਦਾ ਮੌਸਮ ਜਿਹੜਾ ਉਹ ਕਾਫੀ ਵੱਡੀ ਕਰਵਟ ਬਦਲ ਰਿਹਾ। ਲੰਘੀ ਰਾਤ ਬਿਲਕੁਲ ਉਲਟ ਸੀ ਮੌਸਮ, ਕਿਉਂਕਿ ਦਿਨ ਦੇ ਵੇਲੇ ਤਾਂ 36 ਤੋਂ ਲੈ ਕੇ 37 ਡਿਗਰੀ ਟੈਂਪਰੇਚਰ ਹੁੰਦਾ, ਪਰ ਲੰਘੀ ਰਾਤ ਹਵਾ ਵੀ ਚੱਲੀ ਗਈ ਹੈ ਤੇ ਗਰਮੀ ਵੀ ਘੱਟ ਸੀ। ਲੱਗਦਾ ਐਂ ਸੀ ਵੀ ਜਿਵੇਂ ਬੱਦਲਬਾਜ਼ੀ ਜੀ ਹੋਈ ਆ ਤੇ ਕਿਤੇ ਕਣੀਆਂ ਹੀ ਨਾ ਪੈ ਜਾਣ, ਪਰ ਇਸ ਵੇਲੇ ਜਦੋਂ ਖ਼ਬਰਾਂ ਵੀ ਸਾਂਝ ਪਾ ਰਹੇ, ਸਵੇਰੇ 10:30 ਵਜੇ ਦੇ ਕਰੀਬ ਦਾ ਵੇਲਾ ਭਾਰਤੀ ਸਮੇਂ ਮੁਤਾਬਕ, ਤਾਂ ਧੁੱਪ ਫਿਰ ਤਿੱਖੀ ਨਿਕਲੀ ਹੋਈ ਆ। ਮੌਸਮ ਵਿਭਾਗ ਦਾ ਇਹ ਕਹਿਣਾ ਜੀ ਕਿ ਮੀਂਹ ਕਣੀ ਵੀ ਸੁਭਾਅ ਦਾ ਹੈ ਨਹੀਂ, ਪਰ ਇੱਕਦਮ ਜਿਵੇਂ ਮੌਸਮ ਨੇ ਝੁਕਾਨੀ ਜੀ ਦਿੱਤੀ ਸੀਗੀ ਲੰਘੀ ਰਾਤ, ਉਹਦੇ ਤੇ ਹੈਰਾਨੀ ਵੀ ਹੋਈ ਸੀ। ਇਸ ਵੇਲੇ ਮੀਂਹ ਕਣੀ ਦੀ ਲੋੜ ਨਹੀਂ, ਉਹਦਾ ਕਾਰਨ ਇਹ ਹੈ ਵੀ ਬਹੁਤ ਇਸ ਵੇਲੇ ਕਿਸਾਨ ਜਿਹੜੇ ਪਰੇਸ਼ਾਨੀ ਵਿੱਚ ਹੈ ਤੇ ਉਹਨਾਂ ਦੀ ਕਣਕ ਪੱਕਣ 'ਤੇ ਆਈ ਹੋਈ ਹੈ। ਜੇ ਮੀਂਹ ਪੈ ਜਾਂਦਾ ਤਾਂ ਇਹਦੇ ਝਾੜ ਦੇ ਉੱਤੇ, ਇਹਦੀ ਕੁਆਲਿਟੀ ਦੇ ਉੱਤੇ ਵੀ ਅਸਰ ਪਊਗਾ, ਇਸ ਕਰਕੇ ਮੀਂਹ ਦੀ ਜ਼ਰੂਰਤ ਨਹੀਂ, ਪਰ ਕੁਦਰਤ ਦੇ ਮੂਹਰੇ ਜ਼ੋਰ ਵੀ ਕੋਈ ਨਹੀਂ, ਦੇਖੋ ਕੀ ਬਣਦਾ ਜੀ। ਜੀ ਬਿਲਕੁਲ। ਤੇ ਸਰ ਇੱਕ ਵਾਰ ਜਿਹੜਾ ਫਿਰ ਤੋਂ ਡਰ ਪੈ ਜਿਹੜਾ ਉਹ ਫੈਲਣ ਲੱਗ ਗਿਆ ਜੀ ਕਰੋਨਾ ਦੇ ਨਾਂ ਦੇ ਉੱਤੇ, ਕਹਿੰਦੇ ਚੀਨ ਦੇ ਵਿੱਚ ਜਿਹੜੇ ਹਾਲਾਤ ਫਿਰ ਤੋਂ ਖਰਾਬ ਹੋਣ ਲੱਗ ਗਏ ਨੇ ਜੀ? ਦੇਖੋ ਗੱਲ ਇਹ ਜੀ, ਕਰੋਨਾ ਮੁੱਕਿਆ ਨਹੀਂ ਬਿਲਕੁਲ ਤੇ ਮੁੱਕੜਾ ਨਹੀਂ ਬਿਲਕੁਲ, ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਆ, ਮੈਨੂੰ ਨਹੀਂ ਲੱਗਦਾ ਵੀ ਕਰੋਨਾ ਬਿਲਕੁਲ ਖਤਮ ਹੋ ਜਾਊਗਾ, ਨਾ ਭਾਰਤ ਦੇ ਵਿੱਚੋਂ ਨਾ ਕਿਸੇ ਹੋਰ ਦੇਸ਼ ਦੇ ਵਿੱਚੋਂ। ਇਹ ਰੂਪ ਬਦਲ ਕੇ ਕਿਸੇ ਹੋਰ ਰੋਗ ਦੇ ਰੂਪ ਦੇ ਵਿੱਚ ਆ ਸਕਦਾ। ਤੁਸੀਂ ਦੇਖੋ ਨਿਊਜ਼ੀਲੈਂਡ ਦੀ ਸਰਕਾਰ ਨੇ ਕਿੰਨੀ ਮੁਸਤੈਦੀ ਵਰਤੀ, ਕਿੰਨੀ ਚੌਕਸੀ ਦੇ ਨਾਲ ਪਹਿਰੇਦਾਰੀ ਕੀਤੀ, ਪਰ ਉੱਥੇ ਵੀ ਕੇਸ ਬਿਲਕੁਲ ਖਤਮ ਥੋੜੀ ਹੋਏ ਆ, ਉਹ ਫੇਰ ਵੱਧ ਜਾਂਦੇ ਆ। ਸੋ ਇਸ ਕਰਕੇ ਹੁਣ ਤਾਂ ਮੰਨਿਆ ਜਾ ਰਿਹਾ ਕਿ ਪੂਰੇ ਸੰਸਾਰ ਦੇ ਵਿੱਚ ਐਂਟੀਬੋਡੀ ਬਣ ਚੁੱਕੀ ਹੈ, ਹਰ ਸੂਬੇ ਦੇ ਵਿੱਚ, ਹਰ ਦੇਸ਼ ਦੇ ਵਿੱਚ ਐਂਟੀਬੋਡੀ ਬਣ ਚੁੱਕੀ ਹੈ, ਜਿਹਦੇ ਕਰਕੇ ਇਹ ਜਿਹੜੇ ਕੇਸ ਓਨੇ ਖਤਰਨਾਕ ਨਹੀਂ। ਬਾਕੀ ਫਿਰ ਵੀ ਬਚਾਅ ਦੇ ਵਿੱਚ ਬਚਾਅ ਸੰਭਲ ਕੇ ਰਹਿਣਾ ਚਾਹੀਦਾ ਜੀ। ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ, ਇੰਨਾ ਹੀ ਜੀ, ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ।
ਮਿਹਰਬਾਨੀ।